ਦੋਸਤੋ ਹੁਣ ਆਪਾਂ ਮੂਵ ਆਨ ਕਰਦੇ ਆ ਜੀ ਥੀਏਟਰ ਰਾਉਂਡ ਵਿੱਚ ਲਾਸਟ ਐਕਟ ਵੱਲ ਤੇ ਹੁਣ ਵਾਰੀ ਆ ਜੀ ਪੰਜਵੇਂ ਤੇ ਆਖਰੀ ਐਕਟ ਦੀ ਇਸ ਰਾਉਂਡ ਦੇ ਵਿੱਚ ਸੋ ਲੈਟਸ ਵੈਲਕਮ ਔਨ ਦਾ ਸਟੇਜ ਪ੍ਰਭਜੋਤ ਐਂਡ ਜੋਤੀ ਤੇ ਉਹਨਾਂ ਨੂੰ ਸਪੋਰਟ ਕਰਨ ਲਈ ਆ ਰਹੇ ਨੇ ਜਸਦੀਪ ਸੋ ਪਲੀਜ਼ ਵੈਲਕਮ ਪ੍ਰਭਜੋਤ ਐਂਡ ਜੋਤੀ ਔਨ ਦਾ ਸਟੇਜ ਵਾਓ ਆਈ ਐਮ ਸੋ ਹੈਪੀ ਮਮਾ ਹਾਏ ਹਾਏ ਤੂੰ ਤਾਂ ਮੈਨੂੰ ਡਰਾ ਹੀ ਦਿੱਤਾ ਮਮਾ ਤੁਹਾਨੂੰ ਪਤਾ ਮੈਨੂੰ ਯੂਕੇ 2 ਸਾਲ ਦੀ ਸਕਾਲਰਸ਼ਿਪ ਮਿਲੀ ਆ ਕੀ ਤੂੰ ਪੜ੍ਹਨ ਲਈ ਹੁਣ ਬਾਹਰ ਜਾਣਾ ਚਾਹੁੰਦੀ ਹੈ ਹਾਂ ਮਮਾ ਤੇ ਇਹਦੇ ਚ ਪ੍ਰੋਬਲਮ ਹੀ ਕੀ ਹੈ ਨਹੀਂ ਨਹੀਂ ਅਸੀਂ ਕੱਲੀ ਨੂੰ ਬਾਹਰ ਨਹੀਂ ਭੇਜਣਾ ਨਾਲੇ ਤੈਨੂੰ ਪਤਾ ਹੈ ਨਾ ਸਾਡੇ ਖਾਨਦਾਨ ਦੀਆਂ ਕੁੜੀਆਂ ਕੱਲੀਆਂ ਬਾਹਰ ਨਹੀਂ ਜਾਂਦੀਆਂ ਅੱਛਾ ਮੁੰਡਾ ਬਾਹਰ ਜਾ ਸਕਦਾ ਹੈ ਪਰ ਕੁੜੀ ਨਾ ਜਾਵੇ ਹੈ ਤੁਸੀਂ ਵੀਰੇ ਨੂੰ ਵੀ ਤਾਂ 20 ਲੱਖ ਦਾ ਕਰਜ਼ਾ ਲੈ ਕੇ ਬਾਹਰ ਭੇਜਿਆ ਹੀ ਸੀ ਤੇ ਮੈਨੂੰ ਤਾਂ ਫਿਰ ਸਕਾਲਰਸ਼ਿਪ ਮਿਲੀ ਹੈ ਫਿਰ ਵੀ ਤੁਹਾਨੂੰ ਪ੍ਰੋਬਲਮ ਹੈ ਉਹ ਮੁੰਡਾ ਹੈ ਤੇ ਤੂੰ ਕੁੜੀ ਹੈ ਬਹੁਤ ਫਰਕ ਪੈਂਦਾ ਹੈ ਵਾਹ ਮੰਮਾ ਵਾਹ ਦਿਖਾ ਤਾਂ ਆਪਣਾ ਰੰਗ ਬਗਾਨੇ ਮੁਲਕ ਵਿੱਚ ਰਹਿਣਾ ਬਹੁਤ ਔਖਾ ਹੈ ਤੇ ਨਾਲੇ ਦੁੱਖ ਸੁੱਖ ਵੇਲੇ ਕੱਲੇ ਟਾਈਮ ਬਤੀਤ ਨਹੀਂ ਹੁੰਦਾ ਮਾਂ ਤੁਸੀਂ ਮੈਨੂੰ ਛੋਟੇ ਜਿਹੇ ਬੱਚੇ ਸਮਝਦੇ ਹੋ ਤੁਹਾਨੂੰ ਕੀ ਲੱਗਦਾ ਮੈਂ ਆਪਣਾ ਖਿਆਲ ਨਹੀਂ ਰੱਖ ਸਕਦੀ 5-7 ਦਿਨ ਲਈ ਜੋ ਤੁਸੀਂ ਬਾਹਰ ਜਾਂਦੇ ਹੋ ਮੈਂ ਉਦੋਂ ਵੀ ਤਾਂ ਰਹਿੰਦੀ ਹਾਂ ਨਾ ਪਰ ਪੁੱਤ ਐਡੀ ਦੂਰ ਮੰਮਾ ਦੂਰ ਤਾਂ ਦੂਰ ਹੀ ਹੈ ਭਾਵੇਂ 500 ਕਿਲੋਮੀਟਰ ਹੋਵੇ ਭਾਵੇਂ 5000 ਗੱਲ ਤਾਂ ਇੱਕੋ ਹੀ ਹੈ ਲੈ ਮੇਰੇ ਹੱਥ ਖੜੇ ਮੈਂ ਨਹੀਂ ਜਾਣ ਦੇਣਾ ਤੈਨੂੰ ਕੱਲੀ ਨੂੰ ਬਾਹਰ ਓ ਹਾਂ ਬਈ ਓ ਕੀ ਗੱਲਾਂ ਚੱਲ ਰਹੀਆਂ ਮਾਂ ਤੇ ਧੀ ਦੇ ਵਿੱਚ ਮੈਂ ਤਾਂ ਸਮਝਾ ਲਿਆ ਹੁਣ ਤੁਸੀਂ ਸਮਝਾ ਕੇ ਦੇਖ ਲਓ ਓ ਕੀ ਸਮਝਾਣਾ ਬਈ ਡੈਡ ਤੁਸੀਂ ਮੈਨੂੰ ਇੱਕ ਗੱਲ ਦੱਸੋ ਹਾਂ ਤੁਸੀਂ ਕਦੇ ਵੀਰੇ 'ਚ ਤੇ ਮੇਰੇ 'ਚ ਕੋਈ ਫਰਕ ਕੀਤਾ ਨਾ ਤੈਨੂੰ ਲੱਗਦਾ ਕਿ ਮੈਂ ਤੇਰੇ ਭਰਾ ਤੇ ਤੇਰੇ ਵਿੱਚ ਕਦੇ ਕੋਈ ਫਰਕ ਕੀਤਾ ਹੋਵੇ ਤੇ ਮਮਾ ਨੂੰ ਸਮਝਾਓ ਨਾ ਮੈਨੂੰ ਯੂਕੇ 2 ਸਾਲ ਦੀ ਸਕਾਲਰਸ਼ਿਪ ਮਿਲੀ ਆ ਤੇ ਮਮਾ ਮੈਨੂੰ ਭੇਜ ਨਹੀਂ ਰਹੇ ਸਹੀ ਤਾਂ ਕਹਿ ਰਹੀ ਹੈ ਤੇਰੀ ਮਾਂ ਲੈ ਸੁਣ ਲਿਆ ਪੈ ਗਈ ਕਲੇਜੀ ਠੰਡ ਡੈਡ ਤੁਸੀਂ ਵੀ ਡੈਡ ਆਈ ਸਵੇਰ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਮੇਰੇ ਪੇਰੈਂਟਸ ਮੁੰਡਾ ਕੁੜੀ ਚ ਫਰਕ ਕਰਨਗੇ ਪ੍ਰਭਜੋਤ ਅੱਜ ਤੱਕ ਤੇਰੇ ਤੇ ਤੇਰੇ ਭਰਾ ਚ ਅਸੀਂ ਕੋਈ ਫਰਕ ਨਹੀਂ ਕੀਤਾ ਹਮੇਸ਼ਾ ਤੈਨੂੰ ਅਸੀਂ ਵੱਧ ਸਹੂਲਤਾਂ ਦਿੱਤੀਆਂ ਨੇ ਤੇਰੇ ਭਰਾ ਨਾਲੋਂ ਨਾਲੇ ਤੈਨੂੰ ਵੀ ਤਾਂ 15 ਜਮਾਤਾਂ ਪੜਾਈਆਂ ਹੀ ਐ ਪਰ ਫਿਰ ਵੀ ਜੇ ਤੂੰ ਹੋਰ ਪੜਨਾ ਚਾਹੁੰਦੀ ਐ ਤਾਂ ਇੱਥੇ ਪੜ ਇੱਥੇ ਨਹੀਂ ਜਾਣਾ ਇਹੀ ਤੁਹਾਡੇ ਦੋਨਾਂ ਦੀ ਇਹੀ ਸੋਚ ਬਦਲਣ ਲਈ ਮੈਂ ਐਬਰੋਡ ਜਾ ਕੇ ਲਾਅ ਕਰਨਾ ਚਾਹੁੰਦੀ ਆ ਤੇ ਅੱਜ ਕੱਲ ਦੇ ਮੇਲ ਡੋਮੀਨੇਟਿੰਗ ਸਮਾਜ ਨੂੰ ਮੈਂ ਇਹ ਸਾਬਿਤ ਕਰਨਾ ਚਾਹੁੰਦੀ ਆ ਕਿ ਕੁੜੀਆਂ ਕਿਸੇ ਤੋਂ ਘੱਟ ਨਹੀਂ ਹੈਗੀਆਂ ਮੈਂ ਤੇਰੀਆਂ ਸਾਰੀਆਂ ਗੱਲਾਂ ਸਮਝ ਰਹੀ ਹਾਂ ਨਹੀਂ ਸਮਝਦੇ ਮੰਮਾ ਤੁਸੀਂ ਕੁਝ ਤੁਸੀਂ ਸਿਰਫ ਔਰਤ ਨੂੰ ਇੱਕ ਚਾਰ ਦੀਵਾਰੀ ਵਿੱਚ ਬੰਦ ਕਰਕੇ ਰੱਖਣਾ ਚਾਹੁੰਦੇ ਹੋ ਇੱਕ ਔਰਤ ਚਾਹੇ ਜਿੰਨੀਆਂ ਮਰਜ਼ੀ ਡਿਗਰੀਆਂ ਕਰ ਲੈ ਪਰ ਘਰ ਦਾ ਕੰਮ ਹੀ ਕਰਨਾ ਪੈਂਦਾ ਹੈ ਮੰਮਾ ਤੁਸੀਂ ਕਿਸ ਜ਼ਮਾਨੇ ਵਿੱਚ ਜੀ ਰਹੇ ਹੋ ਅੱਜ ਦੀ ਔਰਤ ਹਰ ਇੱਕ ਫੀਲਡ ਵਿੱਚ ਜਾ ਕੇ ਨਾਮ ਕਮਾ ਰਹੀ ਹੈ ਮਰਦ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਤੇ ਇਹੋ ਜਿਹਾ ਕਿਹੜਾ ਕੰਮ ਹੈ ਜਿਹੜੀ ਕੋਈ ਔਰਤ ਨਹੀਂ ਕਰ ਸਕਦੀ ਰਾਈਟ ਤੇ ਜੀ ਸਾਡਾ ਲਾਸਟ ਐਕਟ ਸੀਗਾ ਥੀਏਟਰ ਰਾਉਂਡ ਦੇ ਵਿੱਚ ਤੇ ਮਾਈਕ ਤਰਨ ਭਾਜੀ ਨੇ ਫੜ ਲਿਆ ਜੀ ਤੇ ਤਰਨ ਭਾਜੀ ਦੱਸੋ ਜੀ ਫਿਰ ਕੀ ਕਹਿਣਾ ਚਾਹੁੰਦੇ ਜੀ ਮੈਂ ਤੇ ਇਸ ਤਰ੍ਹਾਂ ਹੀ ਇਧਰੋਂ ਉਧਰ ਕਰ ਰਿਹਾ ਅਸੀਂ ਇੱਥੇ ਹੀ ਫੜ ਲੈਂਦੇ ਹਾਂ ਜੀ ਫਿਰ ਅੱਛਾ ਹਾਂਜੀ ਪ੍ਰਭਜੋਤ ਤੁਸੀਂ ਤੇ ਨੈਚੁਰਲ ਹੋ ਤੁਸੀਂ ਤੇ ਬਹੁਤ ਹੀ ਨੈਚੁਰਲ ਐਕਟਰ ਹੈਗੇ ਹੋ ਤੇ ਮੈਨੂੰ ਨਹੀਂ ਪਤਾ ਤੁਸੀਂ ਵਲੈਤ ਜਾਓਗੇ ਕਿ ਨਹੀਂ ਲੇਕਿਨ ਐਕਟਰ ਤੇ ਤੁਸੀਂ ਜ਼ਰੂਰ ਬਣ ਜਾਓਗੇ ਇਸ ਪ੍ਰੋਗਰਾਮ ਤੋਂ ਬਾਅਦ ਅ ਗ੍ਰੇਟ ਐਕਟ ਔਰ ਬਹੁਤ ਅੱਛੀ ਟ੍ਰੀਟਮੈਂਟ ਸੀਗੀ ਕਿਉਂਕਿ ਤੁਸੀਂ ਕੋਈ ਇਹਦਾ ਸੋਲੂਸ਼ਨ ਵੀ ਨਹੀਂ ਇੱਕ ਸਵਾਲ ਹੀ ਆਡੀਅੰਸ ਨੂੰ ਸੁੱਟਿਆ ਥੈਂਕ ਯੂ ਜੀ ਥੈਂਕ ਯੂ ਜੱਜਸ ਐਂਡ ਥੈਂਕ ਯੂ ਗਾਈਜ਼ ਵੈਲ ਡਨ ਥੈਂਕ ਯੂ ਵੈਰੀ ਮਚ